ਅਸੀਂ ਆਪਣਾ ਅੱਜ ਦਾ ਪਾਠ ਸਾਡਾ ਅੱਜ ਦਾ ਪਾਠ ਹੈ ਬਹੁ ਵਿਕਲਪੀ ਪ੍ਰਸ਼ਨ ਸੈੱਟ 2 ਸੈੱਟ ਪਹਿਲਾ ਜਿਹੜਾ ਹੈ ਅਸੀਂ ਉਹਦੀ ਵੀਡੀਓ ਜਿਹੜੀ ਉਹ ਅਪਲੋਡ ਕਰ ਚੁੱਕੇ ਹੋਏ ਹਾਂ ਤੇ ਸੈੱਟ 2 ਹੈ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਪਹਿਲਾ ਹੈ ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਹਾਂਜੀ ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਆਪਸ਼ਨ ਹੈ 4, 6, 5 ਜਾਂ ਫਿਰ 2 ਮੇਰਾ ਸਹੀ ਉੱਤਰ ਹੈ ਜੀ 2 ਬੋਲੀ ਜਿਹੜੀ ਹੈ 2 ਤਰ੍ਹਾਂ ਦੀ ਹੁੰਦੀ ਹੈ ਲਿਖਤੀ ਬੋਲੀ ਅਤੇ ਬੋਲਚਾਲ ਦੀ ਬੋਲੀ ਅਗਲਾ ਸਾਡਾ ਦੂਸਰਾ ਪ੍ਰਸ਼ਨ ਹੈ ਮਾਤ ਭਾਸ਼ਾ ਕੀ ਹੈ ਆਪਸ਼ਨ ਹੈ ਉਪ ਭਾਸ਼ਾ ਮਾਂ ਬੋਲੀ ਉਪ ਰਾਸ਼ਟਰੀ ਬੋਲੀ ਜਾਂ ਫਿਰ ਰਾਸ਼ਟਰੀ ਬੋਲੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਐੜਾ ਮਾਤ ਭਾਸ਼ਾ ਜਿਹੜੀ ਹੈ ਉਹ ਮਾਂ ਬੋਲੀ ਹੁੰਦੀ ਹੈ ਤੀਜਾ ਸਾਡੇ ਕੋਲ ਪ੍ਰਸ਼ਨ ਹੈ ਬੋਲਚਾਲ ਦੀ ਬੋਲੀ ਕਿਸ ਨੂੰ ਕਹਿੰਦੇ ਹਨ ਆਪਸ਼ਨ ਹੈ ਪ੍ਰਦੇਸ਼ ਦੀ ਬੋਲੀ ਦੇਸ਼ ਦੀ ਬੋਲੀ ਖਾਸ ਇਲਾਕੇ ਦੀ ਬੋਲੀ ਜਾਂ ਫਿਰ ਸਾਰੇ ਇਲਾਕਿਆਂ ਦੀ ਬੋਲੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਈੜੀ ਖਾਸ ਇਲਾਕੇ ਦੀ ਬੋਲੀ ਖਾਸ ਇਲਾਕੇ ਦੀ ਬੋਲੀ ਨੂੰ ਜਿਹੜਾ ਹੈ ਉਹ ਬੋਲਚਾਲ ਦੀ ਬੋਲੀ ਕਿਹਾ ਜਾਂਦਾ ਹੈ ਸਾਡਾ ਅਗਲਾ ਪ੍ਰਸ਼ਨ ਹੈ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਆਪਸ਼ਨ ਹੈ ਊੜਾ ਪੋਠੋਹਾਰੀ ਐੜਾ ਦੁਆਬੀ ਈੜੀ ਮਲਵਈ ਸੱਸਾ ਮਾਝੀ ਹਾਂਜੀ ਪੰਜਾਬੀ ਜਿਹੜੀ ਟਕਸਾਲੀ ਭਾਸ਼ਾ ਹੈ ਉਹ ਮਾਝੀ ਭਾਸ਼ਾ ਨੂੰ ਮੰਨਿਆ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਉਪ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਆਪਸ਼ਨ ਹੈ ਹਿੰਦੀ ਰਾਗ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਜਾਂ ਫਿਰ ਉਪ ਬੋਲੀ ਹਾਂਜੀ ਉਪ ਭਾਸ਼ਾ ਨੂੰ ਕਿਹਾ ਜਾਂਦਾ ਹੈ ਜੀ ਆਪਸ਼ਨ ਸੱਸਾ ਬਿਲਕੁਲ ਸਹੀ ਹੈ ਉਪ ਭਾਸ਼ਾ ਨੂੰ ਕਿਹਾ ਜਾਂਦਾ ਹੈ ਉਪ ਬੋਲੀ ਅਗਲਾ ਸਾਡੇ ਕੋਲ ਪ੍ਰਸ਼ਨ ਹੈ ਦੁਆਬੀ ਭਾਸ਼ਾ ਦੇ ਇਲਾਕੇ ਦਾ ਨਾਂ ਦੱਸੋ ਹੇਠਾਂ ਕੁਛ ਸ਼ਹਿਰਾਂ ਦੇ ਨਾਂ ਹੈ ਉਹਨਾਂ ਵਿੱਚ ਤੁਸੀਂ ਦੁਆਬੀ ਜਿਹੜਾ ਇਲਾਕਾ ਹੈ ਦੁਆਬੀ ਭਾਸ਼ਾ ਦਾ ਇਲਾਕਾ ਹੈ ਉਹ ਚੁਣਨਾ ਹੈ ਆਪਸ਼ਨ ਹੈ ਜਲੰਧਰ ਬਰਨਾਲਾ ਲੁਧਿਆਣਾ ਜਾਂ ਫਿਰ ਪਟਿਆਲਾ ਸਹੀ ਉੱਤਰ ਹੈ ਜਿਹੜਾ ਜਲੰਧਰ ਆਪਸ਼ਨ ਊੜਾ ਜਲੰਧਰ ਜਿਹੜਾ ਹੈ ਉਹ ਦੁਆਬੀ ਭਾਸ਼ਾ ਦਾ ਇਲਾਕਾ ਹੈ ਅਗਲਾ ਪ੍ਰਸ਼ਨ ਹੈ ਜੀ ਵਿਆਕਰਨ ਕੀ ਹੁੰਦੀ ਹੈ ਆਪਸ਼ਨ ਹੈ ਊੜਾ ਬੋਲੀਆਂ ਦਾ ਸਮੂਹ ਐੜਾ ਨਿਯਮਾਂ ਦਾ ਸਮੂਹ ਈੜੀ ਆਵਾਜ਼ਾਂ ਦਾ ਸਮੂਹ ਜਾਂ ਫਿਰ ਸੱਸਾ ਭਾਸ਼ਾਵਾਂ ਦਾ ਸਮੂਹ ਸਹੀ ਉੱਤਰ ਹੈ ਜੀ ਇਹਦਾ ਐੜਾ ਆਪਸ਼ਨ ਨਿਯਮਾਂ ਦਾ ਸਮੂਹ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਸਮਾਨ ਅਰਥਕ ਸ਼ਬਦ ਕਿਹੜੇ ਅੰਗ ਦਾ ਹਿੱਸਾ ਹਨ ਸਮਾਨ ਅਰਥੀ ਸ਼ਬਦ ਜਿਹੜੇ ਨੇ ਉਹ ਕਿਹੜੇ ਅੰਗ ਦਾ ਹਿੱਸਾ ਹਨ ਚਾਰ ਆਪਸ਼ਨ ਦਿੱਤੀਆਂ ਹੋਈਆਂ ਨੇ ਆਪਸ਼ਨ 1 ਹੈ ਅਰਥਬੋਧ ਦੂਸਰੀ ਆਪਸ਼ਨ ਹੈ ਵਾਕਬੋਧ ਤੀਸਰੀ ਹੈ ਵਰਨਬੋਧ ਅਤੇ ਚੌਥੀ ਹੈ ਸਾਡੇ ਕੋਲ ਸ਼ਬਦ ਬੋਧ ਸਮਾਨ ਅਰਥਕ ਸ਼ਬਦ ਦੇਖਣਾ ਇਹਨਾਂ ਵਿੱਚੋਂ ਕਿਹੜੇ ਅੰਗ ਦਾ ਹਿੱਸਾ ਹੈ ਸਹੀ ਉੱਤਰ ਹੈ ਜੀ ਇਸਦਾ ਆਪਸ਼ਨ ਸੱਸਾ ਸ਼ਬਦ ਬੋਧ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਸ਼ਬਦ ਰਚਨਾ ਕਿਹੜੇ ਅੰਗ ਦਾ ਹਿੱਸਾ ਹੈ ਸ਼ਬਦ ਰਚਨਾ ਜੋ ਹੈ ਕਿਹੜੇ ਅੰਗ ਦਾ ਹਿੱਸਾ ਹੈ ਆਪਸ਼ਨ ਹੈ ਸ਼ਬਦ ਮਹਿਮਾ ਸ਼ਬਦ ਸ਼ਬਦ ਕੋਸ਼ ਜਾਂ ਫਿਰ ਸ਼ਬਦ ਬੋਧ ਸ਼ਬਦ ਰਚਨਾ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਸੱਸਾ ਸ਼ਬਦ ਬੋਧ ਸ਼ਬਦ ਰਚਨਾ ਜੋ ਹੈ ਉਹ ਸ਼ਬਦ ਬੋਧ ਦਾ ਅੰਗ ਹੈ ਅਗਲਾ ਸਾਡੇ ਕੋਲ ਪ੍ਰਸ਼ਨ ਹੈ ਵਿਆਕਰਨ ਦੇ ਕਿੰਨੇ ਅੰਗ ਹਨ ਆਪਸ਼ਨ ਹੈ ਜੀ 2, 6, 3 ਜਾਂ ਫਿਰ 4 ਹਾਂਜੀ ਸਹੀ ਇਹਦਾ ਉੱਤਰ ਹੈ ਜੀ ਆਪਸ਼ਨ ਈੜੀ 3 ਵਿਆਕਰਨ ਦੇ 3 ਅੰਗ ਹੁੰਦੇ ਹਨ ਅਗਲਾ ਸਾਡੇ ਕੋਲ ਪ੍ਰਸ਼ਨ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਆਪਸ਼ਨ ਹੈ ਜੀ ਊੜਾ ਸ਼ਬਦ ਐੜਾ ਵਾਕ ਈੜੀ ਅੱਖਰ ਸੱਸਾ ਲਗਾਂ ਸਹੀ ਉੱਤਰ ਹੈ ਜੀ ਇਹਦਾ ਆਪਸ਼ਨ ਈੜੀ ਅੱਖਰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੈ ਉਹ ਅੱਖਰ ਹੁੰਦੀ ਹੈ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਅੱਖਰ ਦੇ ਕਿੰਨੇ ਭੇਦ ਹੁੰਦੇ ਹਨ ਅੱਖਰ ਦੇ ਕਿੰਨੇ ਭੇਦ ਹੁੰਦੇ ਹਨ ਆਪਸ਼ਨ ਹੈ 8, 2, 3 ਜਾਂ ਫਿਰ 4 ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਸੱਸਾ 4 ਅੱਖਰ ਦੇ 4 ਭੇਦ ਹੁੰਦੇ ਹਨ ਅਗਲਾ ਸਾਡੇ ਕੋਲ ਪ੍ਰਸ਼ਨ ਹੈ ਈੜੀ ਦੇ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ ਕਿਹੜੀਆਂ ਕਿਹੜੀਆਂ ਲਗਾਂ ਲੱਗਦੀਆਂ ਹਨ ਈੜੀ ਦੇ ਨਾਲ ਆਪਸ਼ਨ ਹੈ ਵੈਸੇ ਤੁਹਾਨੂੰ ਪਤਾ ਕਿ ਈੜੀ ਦੇ ਨਾਲ 3 ਲਗਾਂ ਲੱਗਦੀਆਂ ਨੇ ਉਹ ਲਗਾਂ ਕਿਹੜੀਆਂ ਕਿਹੜੀਆਂ ਨੇ ਇਹਨਾਂ ਆਪਸ਼ਨ 'ਚ ਸਹੀ ਉੱਤਰ ਦੱਸਣਾ ਹੈ
ਊੜਾ ਏ ਦੁਲਾਵਾਂ ਹੋੜਾ ਸਿਆਰੀ ਐੜਾ ਆਪਸ਼ਨ ਏ ਲਾਂ ਹੋੜਾ ਕਨੌੜਾ ਈੜੀ ਏ ਬਿਹਾਰੀ ਔਂਕੜ ਕੰਨਾ ਸੱਸਾ ਏ ਸਿਹਾਰੀ ਲਾਂ ਬਿਹਾਰੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਸੱਸਾ ਸਿਹਾਰੀ ਲਾਂ ਬਿਹਾਰੀ ਤਿੰਨ ਲਗਾਂ ਲੱਗਦੀਆਂ ਨੇ ਈੜੀ ਦੇ ਨਾਲ ਪਿਆਰੇ ਵਿਦਿਆਰਥੀਓ ਆਪਣੇ ਉੱਤਰ ਜਿਹੜੇ ਨੇ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਸਾਨੂੰ ਕਿ ਤੁਹਾਡੇ ਕਿੰਨੇ ਪ੍ਰਸ਼ਨ ਜਿਹੜੇ ਨੇ ਉਹ ਸਹੀ ਹੋ ਰਹੇ ਨੇ ਅਗਲਾ ਸਾਡਾ ਪ੍ਰਸ਼ਨ ਹੈ ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਕਿੰਨੇ ਹੁੰਦੇ ਹਨ ਆਪਸ਼ਨ ਹੈ ਊੜਾ ਦੋ ਐੜਾ ਤਿੰਨ ਈੜੀ ਛੇ ਸੱਸਾ ਚਾਰ ਦੁੱਤ ਅੱਖਰ ਹਾਂਜੀ ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਹੁੰਦੇ ਹਨ ਤਿੰਨ ਕਿਹੜੇ ਕਿਹੜੇ ਹੁੰਦੇ ਹਨ ਹਾਹਾ ਰਾਰਾ ਅਤੇ ਵਾਹਵਾ ਤਿੰਨ ਅੱਖਰ ਹੁੰਦੇ ਹਨ ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਹਾਹਾ ਰਾਰਾ ਅਤੇ ਵਾਹਵਾ ਤਿੰਨ ਜਿਹੜੇ ਦੁੱਤ ਅੱਖਰ ਹੁੰਦੇ ਹਨ ਸਾਡਾ ਅਗਲਾ ਪ੍ਰਸ਼ਨ ਹੈ ਪੈਰ ਵਿੱਚ ਲਿਖੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ ਆਪਸ਼ਨ ਹੈ ਜੀ ਲਗਾਂਖਰ ਦੁੱਤ ਅੱਖਰ ਵਰਨ ਜਾਂ ਫਿਰ ਮੁਕਤਾ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਆਪਸ਼ਨ ਐੜਾ ਦੁੱਤ ਅੱਖਰ ਪੈਰ ਵਿੱਚ ਲਿਖੇ ਜਾਣ ਵਾਲੇ ਅੱਖਰਾਂ ਨੂੰ ਕਿਹਾ ਜਾਂਦਾ ਹੈ ਦੁੱਤ ਅੱਖਰ ਸਾਡੇ ਕੋਲ ਅਗਲਾ ਪ੍ਰਸ਼ਨ ਹੈ ਕੰਠੀ ਧੁਨੀਆਂ ਲੱਭੋ ਆਪਸ਼ਨ ਤੁਹਾਨੂੰ ਦਿੱਤੀ ਗਈ ਹੈ ਇਹਨਾਂ 'ਚੋਂ ਕੰਠੀ ਧੁਨੀਆਂ ਲੱਭਣੀਆਂ ਹੈ ਆਪਸ਼ਨ ਹੈ ਉੜਾ ਕੱਕਾ ਚੱਚਾ ਜਿੱਜਾ ਭੱਬਾ ਆਪਸ਼ਨ ਐੜਾ ਹੈ ਟੈਂਕਾ ਠੱਠਾ ਡੱਡਾ ਢੱਡਾ ਈਡੀ ਆਪਸ਼ਨ ਹੈ ਪੱਪਾ ਫੱਫਾ ਭੱਬਾ ਮੰਮਾ ਅਤੇ ਸੱਸਾ ਆਪਸ਼ਨ ਹੈ ਕੱਕਾ ਖੱਖਾ ਗੱਗਾ ਘੱਗਾ ਕੰਠੀ ਧੁਨੀਆਂ ਤੁਸੀਂ ਇਹਨਾਂ ਵਿੱਚੋਂ ਲੱਭੀਆਂ ਨੇ ਹਾਂਜੀ ਆਪਸ਼ਨ ਸੱਸਾ ਜਿਹੜੀ ਹੈ ਬਿਲਕੁਲ ਸਹੀ ਹੈ ਕੰਠੀ ਧੁਨੀਆਂ ਨੇ ਕੱਕਾ ਖੱਖਾ ਗੱਗਾ ਘੱਗਾ ਪਿਆਰੇ ਵਿਦਿਆਰਥੀ ਸਾਰੇ ਜਿਹੜੇ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਪਿਛਲੇ ਆਪਣੇ ਪਾਠ ਦੇ ਵਿੱਚ ਦੱਸ ਚੁੱਕੀ ਹਾਂ ਅਤੇ ਤੁਸੀਂ ਆਪਣੇ ਜਿਹੜੇ ਹੈ ਉਹ ਪ੍ਰਸ਼ਨ ਜਿਹੜੇ ਨੇ ਕਿੰਨੇ ਤੁਹਾਡੇ ਸਹੀ ਹੁੰਦੇ ਨੇ ਇਹ ਪਲੀਜ਼ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਕਿਉਂਕਿ ਤੁਹਾਡੇ ਜਦੋਂ ਕਮੈਂਟ ਆਉਂਦੇ ਨੇ ਤਾਂ ਸਾਨੂੰ ਮਤਲਬ ਕਿ ਸਾਡੇ ਵਾਸਤੇ ਇਹ ਹੌਸਲਾ ਅਫਜਾਈ ਵਾਲੇ ਕੰਮ ਹੁੰਦਾ ਹੈ ਕਿ ਹਾਂ ਮਤਲਬ ਕਿ ਬੱਚਿਆਂ ਨੂੰ ਜਿਹੜਾ ਵਾ ਸਾਡਾ ਕਿੰਨਾ ਕੁ ਸਮਝ ਆਇਆ ਹੈ ਪੜ੍ਹਾਉਂਦਾ ਢੰਗ ਜਿਹੜਾ ਹੈ ਅਗਲਾ ਸਾਡੇ ਕੋਲ ਪ੍ਰਸ਼ਨ ਹੈ ਵਿਅੰਜਨ ਮੰਮੇ ਦਾ ਉਚਾਰਨ ਸਥਾਨ ਕਿਹੜਾ ਹੈ ਮੰਮਾ ਸ਼ਬਦ ਦਾ ਉਚਾਰਨ ਸਥਾਨ ਕਿਹੜਾ ਹੈ ਆਪਸ਼ਨ ਹੈ ਸਾਡੇ ਕੋਲ ਮੂਰਤਨੀ ਦੋ ਹੋਠੀ ਕੋਮਲ ਤਾਲਵੀ ਜਾਂ ਫਿਰ ਦੰਤੀ ਮੰਮੇ ਦਾ ਉਚਾਰਨ ਸਥਾਨ ਇਹਨਾਂ ਵਿੱਚੋਂ ਕਿਹੜਾ ਹੈ ਆਪਸ਼ਨ ਇਹਦੀ ਬਿਲਕੁਲ ਸਹੀ ਹੈ ਐੜਾ ਦੋ ਹੋਠੀ ਮੰਮਾ ਮੰਮਾ ਜਦੋਂ ਅਸੀਂ ਮੰਮਾ ਅੱਖਰ ਉਚਾਰਦੇ ਹਾਂ ਤਾਂ ਦੋਨੋਂ ਆਪਸ ਸਾਡੇ ਜਿਹੜੇ ਬੋਲਣੇ ਹੋ ਉਹ ਆਪਸ ਦੇ ਵਿੱਚ ਜੁੜਦੇ ਨੇ ਮੰਮਾ ਦਾ ਉਚਾਰਨ ਸਥਾਨ ਜਿਹੜਾ ਹੈ ਉਹ ਦੋ ਹੋਠੀ ਹੈ ਅਗਲਾ ਸਾਡੇ ਕੋਲ ਪ੍ਰਸ਼ਨ ਹੈ ਜੀ ਬੰਤਰ ਦੇ ਆਧਾਰ 'ਤੇ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਬੰਤਰ ਦੇ ਆਧਾਰ 'ਤੇ ਬੰਤਰ ਦੇ ਆਧਾਰ 'ਤੇ ਆਪਸ਼ਨ ਹੈ ਦੋ ਚਾਰ ਅੱਠ ਜਾਂ ਫਿਰ ਦਸ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੰਤਰ ਦੇ ਆਧਾਰ 'ਤੇ ਸ਼ਬਦ ਹੁੰਦੀਆਂ ਨੇ ਆਪਸ਼ਨ ਊੜਾ ਦੋ ਤਰ੍ਹਾਂ ਦੇ ਅਗਲਾ ਸਾਡੇ ਕੋਲ ਪ੍ਰਸ਼ਨ ਹੈ ਭਾਵ ਅੰਸ਼ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਆਪਸ਼ਨ ਹੈ ਤੁਹਾਡੀ ਊੜਾ ਦੋ ਐੜਾ ਚਾਰ ਈੜੀ ਤਿੰਨ ਅਤੇ ਸੱਸਾ ਛੇ ਹਾਂਜੀ ਇਹਦਾ ਆਂਸਰ ਬਿਲਕੁਲ ਸਹੀ ਹੈ ਆਪਸ਼ਨ ਊੜਾ ਦੋ ਭਾਵ ਅੰਸ਼ ਜਿਹੜੇ ਨੇ ਉਹ ਦੋ ਪ੍ਰਕਾਰ ਦੇ ਹੁੰਦੇ ਹਨ ਸਾਡੇ ਕੋਲ ਅਗਲਾ ਪ੍ਰਸ਼ਨ ਹੈ ਅਰਥ ਦੇ ਆਧਾਰ 'ਤੇ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਅਰਥ ਦੇ ਆਧਾਰ 'ਤੇ ਆਪਸ਼ਨ ਹੈ ਦੋ ਚਾਰ ਅੱਠ ਜਾਂ ਫਿਰ ਦਸ ਹਾਂਜੀ ਇਹਦਾ ਬਿਲਕੁਲ ਆਂਸਰ ਸਹੀ ਹੈ ਐੜਾ ਆਪਸ਼ਨ ਚਾਰ ਅਰਥ ਦੇ ਆਧਾਰ 'ਤੇ ਜਿਹੜੇ ਸ਼ਬਦ ਹੈ ਉਹ ਚਾਰ ਤਰ੍ਹਾਂ ਦੇ ਹੁੰਦੇ ਹਨ ਪਿਆਰੇ ਵਿਦਿਆਰਥੀ ਉਹ ਇਹ ਤਾਂ ਸੀ ਕੁਝ 94 ਪ੍ਰਸ਼ਨ ਅਤੇ ਇਹ ਜਿਹੜੇ ਪ੍ਰਸ਼ਨ ਜਿਹੜੇ ਹੈ ਇਹ ਸਾਰੇ ਜਿੰਨੇ ਵੀ ਅਸੀਂ ਕੰਪੀਟੀਟਿਵ ਐਗਜ਼ਾਮ ਦਿੰਦੇ ਹਾਂ ਉਹਦੇ ਵਾਸਤੇ ਅਸੀਂ ਢੁੱਕਵੇ ਪ੍ਰਸ਼ਨ 94 ਪ੍ਰਸ਼ਨ ਜਿਹੜੇ ਨੇ ਉਹ ਤੁਹਾਨੂੰ ਸੈੱਟ ਬਣਾ ਕੇ ਦਿੱਤਾ ਹੋਇਆ ਹੈ ਅਤੇ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਜੋ ਅਗਰ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਮਿਲਦੇ ਹਾਂ ਅਗਲੀ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ